ਧੀਆਂ ਭੈਣਾਂ ਤਾਂ ਜੀ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਹਾਂਜੀ, ਮਾੜਾ ਕੰਮ ਆਪਾਂ ਕਰਨਾ ਨਹੀਂ, ਦੇਖੋ ਸੱਚ ਕਹਿਣਾ ਸੁਖੀ ਰਹਿਣਾ, ਨਾਲੇ ਕੁੜੀਆਂ ਚਿੜੀਆਂ ਦਾ ਵਿਚਾਰੀਆਂ ਦਾ ਪਾਪ ਖੱਟ ਕੇ ਜਾਣਾ ਕਿੱਥੇ ਹੈ, ਆਖਰ ਉਸ ਰੱਬ ਨੂੰ ਵੀ ਤਾਂ ਜਾਣ ਦੇਣੀ ਆ ਨਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਬਾਈ ਜੀ ਹਰਨੇਕ ਸਿੰਘ ਭੋਲਾ ਜੀ, ਮੇਰਾ ਨਾਂ ਗੰਡੂਆਂ ਪਿੰਡ ਤੋਂ ਆ ਜੀ, ਸੁਨਾਮ ਕੋਲੋਂ, ਸਾਧੂ ਸਿੰਘ ਦਾ ਮੁੰਡਾ, ਤੇ ਮੈਂ ਰਿਸ਼ਤੇ ਕਰਾਉਣ ਦਾ ਕੰਮ ਕਰਦਾ ਜੀ। ਆਹੋ ਜੀ, ਆਹੋ ਜੀ, ਜੀ ਆਇਆਂ ਨੂੰ। ਆ ਤਾਂ ਤੁਸੀਂ ਬਹੁਤ ਹੀ ਵੱਡਾ ਪੁੰਨ ਦਾ ਕੰਮ ਕਰਦੇ ਹੋ ਜੀ। ਕੁੜੀ ਹੈ ਕਿਹੜੇ ਪਿੰਡੋ? ਓਏ ਹੋਏ, ਉਹ ਤਾਇਆ, ਇਹ ਤਾਂ ਭੈਣ ਲਈ ਰਿਸ਼ਤਾ ਲੈ ਕੇ ਆਇਆ, ਉਹ ਤੂੰ ਐਵੇਂ ਨਾ ਹਰ ਜਗ੍ਹਾ ਆਪਣਾ ਯੱਕਾ ਤੋੜ ਲਿਆ ਕਰ। ਉਹ ਤਾਇਆ ਸਾਡਾ ਛੜਿਆ ਜੀ, ਹੁਣ ਦੱਸੋ ਇਸ ਉਮਰ 'ਚ ਇਹਦੇ ਲਈ ਕਿੱਥੋਂ ਡੋਲਾ ਲੈ ਕੇ ਆਈਏ? ਦੇਖੋ ਜੀ, ਉਮਰ ਤਾਂ ਮੈਂ ਚਲਾ ਦੂੰ, ਪਰ ਆ ਰੰਗ ਨਹੀਂ ਚੱਲਣਾ। ਤੁਸੀਂ ਤਾਏ ਨੂੰ ਛੱਡੋ ਜੀ, ਕੋਈ ਵਧੀਆ ਮੁੰਡਾ ਤਾਂ ਦੱਸੋ। ਜੇ ਕੋਈ ਚੰਗਾ ਮੁੰਡਾ ਮਿਲ ਜੇ ਨਾ, ਅਸੀਂ ਖੜੇ ਪੈਰ ਕੁੜੀ ਦਾ ਰਿਸ਼ਤਾ ਕਰਨ ਨੂੰ ਤਿਆਰ ਹਾਂ। ਮੈਂ ਕਹਿੰਦਾ ਜੀ, ਮਿਲ ਗਿਆ ਸਮਝੋ, ਮੁੰਡਾ ਤਾਂ ਹੈ ਮੇਰੀ ਨਿਗਾਹ ਦੇ ਵਿੱਚ ਇੱਕ, ਨਾਲੇ ਚੁਆਨੀ ਲੈਣੀ ਨੀ, ਕੁੜੀ ਨੂੰ ਆਪਣੀ ਨੂੰ ਚਾਹੇ ਤਿੰਨ ਕੱਪੜਿਆਂ 'ਚ ਤੋਰ ਦਿਓ। ਆਹ ਵਧੀਆ। ਉਹ ਗੱਲ ਸੁਣੋ, ਤੁਸੀਂ ਬਹੁਤੇ ਸਿਆਣੇ, ਇਹੋ ਜਿਹੇ ਝੋਲਾ ਚੱਕਦੇ ਮਗਰ ਨਾ ਲੱਗੋ। ਇਹ ਵਿਚੋਲਿਆਂ ਦਾ ਮਹਿਕਮਾ ਇਹੋ ਜਿਹਾ ਹੀ ਹੁੰਦਾ, ਮਾਰ ਕੇ ਨਾ ਵੱਡੇ ਵੱਡੇ ਗੱਪ ਟਾਂਕਾ ਜੋੜ ਕੇ ਆਪ ਗਾਹਾਂ ਜਾਂਦੇ ਆ। ਨਹੀਂ ਨਹੀਂ ਜੀ, ਆ ਗੱਪ ਗੁੱਪ ਵਾਲੀ ਕੋਈ ਗੱਲ ਨਹੀਂ, ਜੇ ਗੱਪ ਵਾਲੀ ਗੱਲ ਹੁੰਦੀ ਤਾਂ ਮੈਂ ਥੋੜਾ ਜਿਹਾ ਕੰਨ ਰੋੜ ਦਿੰਦਾ।